ਜਸਬੀਰ ਭੁੱਲਰ ਦੀ ਪੁਸਤਕ ਹੇ ਜਸਬੀਰ ਕਮਬਖਤ ਦੀ ਕਹਾਣੀ ਹੈ ਟੁੱਟੇ ਤਾਰਿਆਂ ਦਾ ਸਿਵਾ। ਬੁਖਾਰੀ ਵਿੱਚ ਮਿੱਟੀ ਦਾ ਤੇਲ ਉਮਰ ਵਾਂਗ ਤ੍ਰਿਪ ਤਿਪ ਤਿਪ ਕਰਕੇ ਬਲਦਾ ਰਿਹਾ। ਬੁਖਾਰੀ ਦੀ ਸੁਰ ਸੁਰ ਮੇਰੇ ਸਿਰ 'ਚ ਵੀ ਹੋਣ ਲੱਗ ਪਈ। ਉਂਝ ਤਾਂ ਇੱਥੋਂ ਦਾ ਤਾਪਮਾਨ ਹਮੇਸ਼ਾ ਹੀ ਮਨਫੀ 'ਚ ਹੁੰਦਾ, ਪਰ ਅੱਜ ਤਾਂ ਹੋਰ ਵੀ ਥੱਲੇ ਚਲਾ ਗਿਆ ਸੀ। ਇੰਨੀ ਠੰਡ 'ਚ ਮੈਂ ਬੁਖਾਰੀ ਬੰਦ ਵੀ ਤਾਂ ਨਹੀਂ ਸੀ ਕਰ ਸਕਦਾ। ਖਿੜਕੀ ਅੱਗੇ ਲਟਕਦਾ ਕੰਬਲ ਚੁੱਕ ਕੇ ਵੇਖਿਆ, ਬਾਹਰ ਰੂੰ ਦੇ ਫੰਬਿਆਂ ਵਰਗੀ ਬਰਫ਼ ਅਜੇ ਵੀ ਪੈ ਰਹੀ ਸੀ। ਛੂਕ ਦੀ ਹਵਾ ਚ ਉੱਡਦੇ ਫੰਬੇ ਟਿੱਡੀ ਦਲ ਦੇ ਹਮਲੇ ਦਾ ਭੁਲੇਖਾ ਪਾਉਂਦੇ ਸਨ। ਮੇਰੀ ਨਜ਼ਰ ਸਾਹਮਣੀ ਪਹਾੜੀ ਉੱਤੇ ਡਾਂਡੇ ਮਿੰਡੇ ਚੜ੍ਹ ਗਈ ਅਤੇ ਫਿਰ ਸਹਿਜ ਭਾਅ ਸੱਪ ਬਲੇਵੇਂ ਖਾਂਦੀ ਡੰਡੀ ਰਾਹ ਹੇਠਾਂ ਉਤਰਨ ਲੱਗ ਪਈ। ਤੂਫਾਨ ਹੋਰ ਵੀ ਤੇਜ਼ ਹੋ ਗਿਆ ਸੀ। ਬਰਫ਼ ਦੇ ਫੰਬੇ ਹਵਾ 'ਚ ਤੈਰ ਕੇ ਧਰਤੀ 'ਤੇ ਆ ਜੰਮਦੇ ਸਨ। ਜਾਪਦਾ ਸੀ ਫੀਲਡ ਪੋਸਟ ਆਫਿਸ ਦੀ ਛੱਤ ਅੱਜ ਬਰਫ਼ ਦੇ ਭਾਰ ਹੇਠਾਂ ਪਿਚਕ ਜਾਏਗੀ। ਛੱਤ ਤੋਂ ਬਰਫ਼ ਹੇਠਾਂ ਵਗ ਨੂੰ ਵਗ ਵਗ ਕੇ ਸ਼ੀਸ਼ੇ ਦੀਆਂ ਸਲਾਖਾਂ ਜਿਹੀਆਂ ਬਣ ਗਈਆਂ ਸੀ। ਅਲਸਾਈ ਨਜ਼ਰ ਥੱਲੇ ਉਤਰਦੀ ਉਤਰਦੀ ਖਲੋ ਗਈ। ਕੋਈ ਥੱਲੇ ਆ ਰਿਹਾ ਸੀ। ਪੈਰੀ ਬਰਫ਼ ਨੇ ਨਿਗਾਹ ਸਾਵੇਂ ਚਾਦਰ ਜੀ ਤਾਣੀ ਹੋਈ ਸੀ। ਡੰਡੀ ਉੱਤੇ ਆਉਣ ਵਾਲੇ ਦਾ ਝੋਲਾ ਜਿਹਾ ਦਿਸਦਾ ਸੀ। ਮੈਂ ਖਿੜਕੀ ਦਾ ਕੰਬਲ ਛੱਡ ਕੇ ਯੱਕ ਹੋ ਚੁੱਕੇ ਹੱਥਾਂ ਨੂੰ ਬੁਖਾਰੀ ਲਾਗੇ ਕਰਕੇ ਨਿੱਘੇ ਕਰਨ ਦਾ ਯਤਨ ਕੀਤਾ। ਇਸ ਮੌਸਮ ਵਿੱਚ ਇਹ ਕੌਣ ਮੁਸੀਬਤ ਮਾਰਿਆ ਹੋ ਸਕਦਾ ਸੀ। ਸਿਵਲ ਦੇ ਡਾਕ ਅਤੇ ਤਾਰ ਵਿਭਾਗ ਤੋਂ ਫੌਜ ਦੀ ਪੋਸਟਲ ਕੋਰ ਵਿੱਚ ਡੈਪੂਟੇਸ਼ਨ 'ਤੇ ਆਉਣਾ ਖਾਲ ਦੇ ਚੁੱਪ ਵਗਦੇ ਪਾਣੀ ਲਈ ਬਿਜਲੀ ਪੈਦਾ ਕਰਨ ਲਈ ਵਰਤੇ ਜਾਣ ਵਰਗੀ ਘਟਨਾ ਸੀ। ਮੈਂ ਖੁਸ਼ ਸੀ। ਬੱਦਲ ਕੁਝ ਨਿਤਰੇ ਤਾਂ ਮੈਂ ਦੈਂਤ ਵਰਗੇ ਪਹਾੜ ਵੱਲ ਵੇਖਿਆ। ਸਲੇਟੀ ਸੜਕ 18 ਕਿਲੋਮੀਟਰ ਤੱਕ ਵਲੇਵੇਂ ਪਾਈ ਬੈਠੀ ਸੀ। ਉਸੇ ਪਹਾੜ ਦੇ ਅਗਲੇਰੇ ਪਾਸੇ ਕਿਧਰੇ ਮੇਰਾ ਫੀਲਡ ਪੋਸਟ ਆਫਿਸ ਸੀ। ਉਸੇ ਪਹਾੜ ਦੇ ਅਗਲੇਰੇ ਪਾਸੇ ਕਿਧਰੇ ਦੁਸ਼ਮਣ ਦੀਆਂ ਪਿਕਟਾਂ ਸਨ। 9000 ਫੁੱਟ ਦੀ ਉਚਾਈ 'ਤੇ ਸਥਿਤ ਇਸ ਕੈਂਪ ਤੋਂ ਮੈਨੂੰ ਵਾਤਾਨੁਕੂਲ ਹੋਣ ਲਈ 8 ਦਿਨ ਲਗਾਤਾਰ 13000 ਫੁੱਟ ਦੀ ਉਚਾਈ ਤੱਕ ਜਾਣਾ ਅਤੇ ਆਉਣਾ ਪੈਣਾ ਸੀ। ਮੈਨੂੰ ਆਪਣਾ ਚਾਅ ਸਿੱਲਾ ਹੋ ਗਿਆ ਜਾਪਿਆ। ਬਰਫੀਲੇ ਮੌਸਮ ਦਾ ਝੰਬਿਆ ਮੈਂ 9ਵੇਂ ਦਿਨ ਉੱਪਰ ਪਹੁੰਚ ਗਿਆ। ਉਫ, ਇੱਥੇ ਤਾਂ ਸਾਹ ਲੈਣ ਜੋਗੀ ਵੀ ਆਕਸੀਜਨ ਨਹੀਂ ਸੀ। 4 ਕਦਮ ਚੱਲਣਾ ਵੀ ਮੁਸ਼ਕਲ ਸੀ। ਕੋਈ ਬਰਫੀਲੇ ਇਲਾਕੇ 'ਚ ਪਾਉਣ ਵਾਲੀ ਸਪੈਸ਼ਲ ਵਰਦੀ ਦਾ ਭਾਰ ਚੁੱਕੇ ਕਿ ਆਪਣਾ? ਉਂਝ ਤਾਂ ਸਰਦੀ ਦੀ ਵੀ ਅੱਤ ਸੀ। ਫਿਰ ਮੈਂ ਪਛਤਾਵੇ ਜਿਹੇ 'ਚ ਕੁੰਗੜਿਆ ਬੈਠਾ ਸਾਂ। ਘਰ ਘਰ ਦੀ ਆਵਾਜ਼ ਪਿੱਛੋਂ ਮੈਂ ਦੂਜੀ ਵੱਡੀ ਜੰਗ ਵੇਲੇ ਦੇ ਟੈਲੀਫੋਨ ਦਾ ਰਿਸੀਵਰ ਚੁੱਕਿਆ। ਹੈਲੋ, ਫੀਲਡ ਪੋਸਟ ਆਫਿਸ, ਹੂ ਸਪੀਕਿੰਗ ਪਲੇਸ? ਨਾਇਬ ਸੂਬੇਦਾਰ ਗਮੇ ਆਈ ਨੋ। ਗੁੱਡ ਆਫਟਰਨੂਨ ਸਾਹਿਬ, ਮੈਂ ਕੈਪਟਨ ਸੁਰੇਸ਼ ਬੋਲ ਰਿਹਾ। ਗੁੱਡ ਆਫਟਰਨੂਨ ਸਰ, ਆਪਾਂ ਜੇ ਮਿਲੇ ਨਹੀਂ, ਤੁਹਾਡੇ ਨਾਇਕ ਨੇ ਤੁਹਾਡੇ ਆਉਣ ਬਾਰੇ ਦੱਸਿਆ ਸੀ, ਅੱਜ ਹੀ ਮਿਲਾਂਗੇ। ਤੁਹਾਨੂੰ ਮਿਲੇ ਬਿਨਾਂ ਮੇਰਾ ਸਰਨਾ ਨਹੀਂ, ਆਵਾਜ਼ 'ਚ ਆਪਣਾ ਸੀ। ਮੈਂ ਸਮਝਿਆ ਨਹੀਂ ਸਰ, ਅਸਲ 'ਚ ਕਿਸੇ ਫੌਜੀ ਦਾ ਵੀ ਤੁਹਾਡੇ ਬਿਨਾਂ ਨਹੀਂ ਸਰ ਸਕਦਾ। ਹਰ ਫੌਜੀ ਨੂੰ ਚਿੱਠੀ ਦੀ ਲੋੜ ਪਾਣੀ ਵਾਂਗਰ ਹੁੰਦੀ ਹੈ। ਉਹ ਹੱਸਿਆ ਅਤੇ ਮੈਨੂੰ ਉਹ ਲੋੜ ਹਵਾ ਵਾਂਗਰ ਹੈ। ਜਵਾਬ 'ਚ ਮੈਂ ਵੀ ਹੱਸਿਆ। ਡਾਕ ਆ ਗਈ? ਉਸ ਫਿਰ ਪੁੱਛਿਆ। ਅੱਜ ਤਾਂ ਗਨਕ ਲਾਗੇ ਸੜਕ ਟੁੱਟੀ ਹੋਈ ਹੈ, ਡਾਕ ਤਾਂ ਸ਼ਾਇਦ ਹੀ ਨਾ। ਸਾਹਿਬ, ਇਹ ਜ਼ੁਲਮ ਨਾ ਕਰੋ। ਰੋਡ ਬਲੋਕ ਤੱਕ ਕੇ ਮੈਂ ਯੂਨਿਟ ਦੀ ਜੀਪ ਭਜਵਾ ਦਿੰਦਾ, ਉਸ ਪਾਸਿਓਂ ਡਾਕ ਵਾਲੇ ਥੈਲੇ ਚੁੱਕ ਕੇ। ਸਰ, ਬਰਫ਼ ਨੇ ਤਾਂ ਕੱਲ੍ਹ ਦੀ ਅੱਤ ਚੁੱਕੀ ਹੋਈ ਹੈ, ਇੰਨੀ ਬਰਫ਼ 'ਚ ਜੀਪ ਭੇਜਣਾ ਕਿਤੇ ਹੋਰ ਜਾ ਜਾਂਦੀ। ਮੈਂ ਏਟੀ ਕੰਪਨੀ ਨੂੰ ਖੱਚਰਾਂ ਭੇਜਣ ਲਈ ਆਖਦਾ। ਡਾਕ ਜ਼ਰੂਰ ਮੰਗਵਾਓ। ਰਾਤੀ ਕੋਈ 7 ਵਜੇ ਏਟੀ ਕੰਪਨੀ ਦੇ ਖੱਚਰ ਡਾਕ ਲੈ ਕੇ ਪਹੁੰਚ ਗਏ। ਡਾਕ ਵਾਲੇ ਥੈਲੇ ਅਜੇ ਖੋਲ੍ਹੇ ਵੀ ਨਹੀਂ ਸੀ ਕਿ ਸੋ ਸਾਰੇ ਖਿੰਡ ਗਈ। ਹੈਲੋ ਸਾਹਿਬ, ਡਾਕ ਆ ਗਈ, ਮੇਰੀ ਚਿੱਠੀ ਵੇਖਿਆ ਜੀ। ਕੀ ਕਿਹਾ ਜੀ? ਹੈ ਨਹੀਂ? ਅਰੇ ਸਾਹਿਬ, ਦਿਲ ਨਾ ਤੋੜਿਆ ਕਰੋ, ਅਜਿਹੇ ਵੇਲੇ ਤਾਂ ਖੁਦ ਹੀ ਲਿਖ ਕੇ ਪਾ ਦਿਆ ਕਰੋ।
ਬਾਰ ਬਾਰ ਟੈਲੀਫੋਨ ਦੇ ਘਰ ਘਰ ਬਾਰ ਬਾਰ ਉਹੀ ਸਵਾਲ ਉਹੀ ਜਵਾਬ ਮੈਂ ਮੱਥੇ ਨੂੰ ਹੱਥ ਮਾਰਿਆ ਖੁਦਾਇਆ ਮੈਂ ਕਿੱਥੇ ਆ ਗਿਆ ਇਹ ਥਾਂ ਕਿਹੜੀ ਦੁਨੀਆ ਦਾ ਹਿੱਸਾ ਹੈ ਇਹ ਸਾਰੇ ਕਿਹੋ ਜਿਹੇ ਲੋਕ ਨੇ ਇੱਕੋ ਜਿਹੇ ਚਿਹਰੇ ਪਹਿਨ ਰੱਖੇ ਨੇ ਸਾਰਿਆਂ ਗੱਲਾਂ ਵੀ ਇੱਕੋ ਜਿਹੀਆਂ ਕਰਦੇ ਨੇ ਸਾਰੇ ਚਿੱਠੀ 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 ਮੈਂ ਸਵੇਰ ਤੋਂ ਸ਼ਾਮ ਤੱਕ ਜਵਾਬ ਦੇਣ ਦਾ ਛਿੱਥਾ ਪੈ ਗਿਆ ਮੇਰਾ ਫੌਜੀ ਵਰਦੀ ਪਹਿਨਣ ਦਾ ਚਾਅ ਮੈਲੇ ਕੱਪੜਿਆਂ ਵਾਲੀ ਕਿੱਲੀ ਨਾਲ ਲਟਕ ਗਿਆ ਸੀ ਲੱਗਦਾ ਸਾਰੇ ਫੌਜੀ ਦੁਸ਼ਮਣ ਦੇ ਸਾਹਮਣੇ ਪਿੱਟਾਂ 'ਚ ਡਟੇ ਬੈਠੇ ਪਿਛਲੇ ਪਾਸੇ ਆਉਂਦਾ ਰਾਸ਼ਨ ਜਾਂ ਦਾਰੂ ਸਿੱਕਾ ਇੰਨਾ ਨਹੀਂ ਉਡੀਕਦੇ ਜਿੰਨਾ ਚਿੱਠੀ ਉਡੀਕਦੇ ਹਨ ਕੁਝ ਚਿਰ ਪਹਿਲਾਂ ਹੀ ਕੈਪਟਨ ਸੁਰੇਸ਼ ਦਾ ਫੋਨ ਆਇਆ ਸੀ ਹੁਣ ਗੋਰਖਾ ਪਲਟਨ ਦੇ ਹੈੱਡਕੁਆਟਰ ਵੱਲੋਂ ਆਉਂਦੇ ਰਾਹ 'ਤੇ ਮੌਸਮ ਦੀ ਇਸ ਕਰੋਪੀ ਵਿੱਚ ਦਿਸਦਾ ਮਨੁੱਖੀ ਝੋਲਾ ਇਹ ਵੀ ਕੈਪਟਨ ਸੁਰੇਸ਼ ਹੀ ਹੋ ਸਕਦਾ ਸੀ ਫੋਨ ਕਰਨ ਪਿੱਛੋਂ ਵਰਦੀ ਬਰਫ਼ 'ਚ ਅਕਸਰ ਉਹੀ ਆਉਂਦਾ ਹੈ ਉਹੀ ਆ ਸਕਦਾ ਉਸ ਦਿਨ ਵੀ ਉਹਨੇ ਫੋਨ 'ਤੇ ਡਾਕ ਬਾਰੇ ਪਤਾ ਕੀਤਾ ਸੀ ਅਤੇ ਫਿਰ ਅੱਧੇ ਕੁ ਘੰਟੇ ਬਾਅਦ ਖੁਦ ਆ ਧਮਕਿਆ ਸੀ ਪੋਸਟ ਆਫਿਸ ਦੀ ਬੁਖਾਰੀ ਬੁਝੀ ਹੋਈ ਸੀ ਮੈਂ ਉਹਨੂੰ ਦਫ਼ਤਰ ਦੇ ਨਾਲ ਜੁੜਵੇਂ ਆਪਣੇ ਰਹਿਣ ਵਾਲੇ ਕਮਰੇ 'ਚ ਲੈ ਗਿਆ ਮੇਰੇ ਬੈਟਮੈਨ ਨੇ ਉਹਦੇ ਲਈ ਬੁਖਾਰੀ ਲਾਗੇ ਕੁਰਸੀ ਰੱਖ ਦਿੱਤੀ ਕੁਰਸੀ 'ਤੇ ਬੈਠ ਕੇ ਉਸ ਕੁਝ ਚਿਰ ਹੱਥ ਨਿੱਘੇ ਕੀਤੇ ਅਤੇ ਫਿਰ 50 ਕੁ ਸਫ਼ਿਆਂ ਦਾ ਪਲੰਦਾ ਕੋਟ ਪਰਕਾ ਦੀ ਜੇਬ 'ਚੋਂ ਕੱਢ ਕੇ ਬੈਟਮੈਨ ਨੂੰ ਦੋ ਰਜਿਸਟਰੀ ਵਾਲੇ ਲਿਫਾਫੇ ਲਿਆਉਣ ਲਈ ਆਖਿਆ ਬੈਟਮੈਨ ਨੇ ਉਹਦੇ ਹੱਥੋਂ ਪੈਸੇ ਫੜ ਕੇ ਲਿਫਾਫੇ ਲਿਆ ਦਿੱਤੇ ਚਿੱਠੀ ਨੂੰ ਦੋ ਹਿੱਸਿਆਂ 'ਚ ਵੰਡ ਕੇ ਕੁਝ ਚਿਰ ਅੱਡ ਅੱਡ ਲਿਫਾਫਿਆਂ 'ਚ ਘਸੋੜਨ ਦਾ ਯਤਨ ਕਰਦਾ ਰਿਹਾ ਫਿਰ ਮੇਰੇ ਵੱਲ ਵੇਖ ਕੇ ਖਸਿਆਨਾ ਜਿਹਾ ਹੱਸਿਆ ਸ਼ਾਇਦ ਤੀਜੇ ਲਿਫਾਫੇ ਦੀ ਵੀ ਲੋੜ ਪਵੇ ਇੱਕ ਪ੍ਰੇਮ ਪੱਤਰ ਨੂੰ 3 ਹਿੱਸਿਆਂ 'ਚ ਰਜਿਸਟਰੀ ਕਰਾ ਕੇ ਭੇਜਣ ਦਾ ਢੰਗ ਮੈਂ ਆਪਣੇ ਡਾਕ ਵਿਭਾਗ ਦੀ ਨੌਕਰੀ 'ਚ ਪਹਿਲੀ ਵਾਰ ਵੇਖਿਆ ਸੀ ਮੈਨੂੰ ਬਿੱਤਰ ਬਿੱਤਰ ਝਾਕਦਿਆਂ ਵੇਖ ਕੇ ਮੁਸਕਰਾਇਆ ਹਰ ਫੌਜੀ ਨੂੰ 3 ਚੀਜ਼ਾਂ ਬੜੀਆਂ ਪਿਆਰੀਆਂ ਹੁੰਦੀਆਂ ਨੇ ਚਿੱਠੀ ਛੁੱਟੀ ਅਤੇ ਔਰਤ ਬੱਦਲਾਂ ਤੋਂ ਉੱਪਰ ਬੈਠਿਆਂ ਲਈ ਕੋਈ ਵੀ ਖੱਤ ਪ੍ਰੇਮਿਕਾ ਦੀ ਪਹਿਲੀ ਛੋਹ ਵਰਗਾ ਹੁੰਦਾ ਅਤੇ ਜਵਾਬ ਦੇਣਾ ਪਹਿਲੇ ਚੁੰਮਣ ਵਰਗਾ ਤੁਸੀਂ ਨਵੇਂ ਨਵੇਂ ਸਿਵਲ ਤੋਂ ਆਏ ਹੋ ਇਸ ਲਈ ਤੁਸੀਂ ਨਹੀਂ ਸਮਝੋਗੇ ਬੁਖਾਰੀ ਹੇਠਲੀ ਟਰੇ 'ਚ ਪਈ ਪਾਣੀ ਵਾਲੀ ਬੋਤਲ ਉਹਦਾ ਪੈਰ ਵੱਜ ਕੇ ਡਿੱਗ ਪਈ ਬੋਤਲ ਦਾ ਢੱਕਣ ਖੁੱਲ੍ਹ ਚੁੱਕਿਆ ਸੀ ਅਤੇ ਮੈਂ ਵਗਦੇ ਪਾਣੀ ਨੂੰ ਵੇਖਦਾ ਰਿਹਾ ਉਹ ਕਹਿ ਰਿਹਾ ਸੀ ਫੌਜੀਆਂ ਦੇ ਚਿੱਠੀ ਲਿਖਣ ਦੇ ਝੱਲ ਅਤੇ ਚਿੱਠੀ ਮਿਲਣ ਦੀ ਤਾਂਘ ਨੂੰ ਉਹੀ ਸਮਝੇਗਾ ਜੋ ਵਰ੍ਹਿਆਂ ਤੋਂ ਸੱਭਿਅਤਾ ਨਾਲੋਂ ਟੁੱਟਿਆਂ ਵਾਂਗ ਹੋ ਗਿਆ ਹੋਵੇ ਜੋ ਸਾਲਾਂ ਤੋਂ ਆਪਣੀ ਇਕੱਲ ਨਾਲ ਮੱਥਾ ਮਾਰਦਾ ਰਿਹਾ ਹੋਵੇ ਜਿਹਨੇ ਫਿਲਮ ਦੇ ਘਟੀਆ ਜਿਹੇ ਗਾਣੇ 'ਤੇ ਆਪਣੀ ਪ੍ਰੇਮਿਕਾ ਦਾ ਚਿਹਰਾ ਸਾਹਮਣੇ ਲਿਆ ਕੇ ਭਾਵੁਕ ਹੋਣ ਦਾ ਯਤਨ ਕੀਤਾ ਹੋਵੇ ਕਿਸੇ ਆਪਣੇ ਦੀ ਚਿੱਠੀ ਇੱਕ ਦਿਨ ਲੇਟ ਹੋਣ 'ਤੇ ਜਿਹਦਾ ਸਾਰਾ ਵਜੂਦ ਹਿੱਲ ਗਿਆ ਹੋਵੇ ਅਤੇ ਸ਼ੂਕ ਦੇ ਤੂਫਾਨ 'ਚ ਖਲੋ ਕੇ ਬਰਫ਼ ਦੀ ਚੁੱਪ ਨੂੰ ਆਖੇ ਮੈਨੂੰ ਕੋਈ ਪਿਆਰ ਨਹੀਂ ਕਰਦਾ ਕੋਈ ਨਹੀਂ ਤੁਸੀਂ ਹਾਲੇ ਨਹੀਂ ਸਮਝੋਗੇ ਫੌਜੀਆਂ ਦੇ ਪੱਥਰ ਹੋਣ ਦਾ ਭਰਮ ਮੈਂ ਪਹਾੜਾਂ ਤੱਕ ਨਾਲ ਚੁੱਕ ਲਿਆਇਆ ਸਾਂ ਪਰ ਮੇਰੇ ਭਰਮ ਦਾ ਪੱਥਰ ਕਦੇ ਦਾ ਬਜਰੀ ਬਣ ਕੇ ਪੈਰਾਂ ਹੇਠ ਵਿੱਛ ਗਿਆ ਜੋ ਗੁਸਤਾਖੀ ਮੈਂ ਨਹੀਂ ਸੀ ਕੀਤੀ ਉਸ ਲਈ ਸ਼ਰਮਿੰਦਿਆਂ ਹੋ ਕੇ ਆਖਿਆ ਸਰ ਸ਼ਾਇਦ ਤੁਸੀਂ ਮੈਨੂੰ ਗਲਤ ਸਮਝ ਲਿਆ ਮੈਂ ਸ਼ਾਇਦ ਜ਼ਿਆਦਾ ਬੋਲ ਗਿਆ ਉਸ ਟਰੇ 'ਚ ਡੁੱਲ ਗਈ ਬੋਤਲ ਨੂੰ ਸਿੱਧਿਆਂ ਕਰਦਿਆਂ ਆਖਿਆ ਮੈਂ ਸ਼ਾਇਦ ਇੰਨਾ ਹੀ ਕਹਿਣਾ ਚਾਹੁੰਦਾ ਸਾਂ ਕਿ ਕੋਈ ਤਾਂ ਚਾਹੀਦਾ ਜਿਸ ਅੱਗੇ ਮਨ ਦੇ ਸਾਰੇ ਝੱਲ ਦਾ ਖਿਲਾਰਾ ਪਾਇਆ ਜਾ ਸਕੇ ਠੱਕ ਠੱਕ ਦਰਵਾਜ਼ਾ ਖੜਕਿਆ ਮੇਰਾ ਬੈਟਮੈਨ ਸਟੋਵ 'ਤੇ ਚਾਹ ਗਰਮ ਕਰ ਰਿਹਾ ਸੀ ਮੈਂ ਉੱਠ ਕੇ ਦਰਵਾਜ਼ਾ ਖੋਲ੍ਹ ਦਿੱਤਾ ਮੇਰਾ ਕਿਆਸ ਠੀਕ ਹੀ ਸੀ ਖੌਰੂ ਪਾਉਂਦੇ ਤੂਫਾਨ 'ਚ ਕੈਪਟਨ ਸੁਰੇਸ਼ ਹੀ ਆ ਸਕਦਾ ਸੀ ਗੁੱਡ ਆਫਟਰਨੂਨ ਸਰ ਕੰਬਲ ਦਾ ਪਰਦਾ ਸਰਕਾ ਕੇ ਮੈਂ ਉਹਦੇ ਲੰਘਣ ਲਈ ਰਾਹ ਬਣਾਇਆ ਗੁੱਡ ਆਫਟਰਨੂਨ ਸਾਹਿਬ ਉਸ ਕੋਟ ਪਰਕਾ ਲਾ ਕੇ ਬਰਫ਼ ਬਾਹਰ ਵੱਲ ਨੂੰ ਝਾੜੀ ਦੇ ਅੰਦਰ ਲੰਘਦਿਆਂ ਕੋਟ ਪਰਕਾ ਫਿਰ ਪਾ ਲਿਆ ਪਲਟਨ ਦੇ ਹੈੱਡਕੁਆਟਰ ਆਇਆ ਸਾਂ ਸੋਚਿਆ ਖੁਦ ਹੀ ਡਾਕ ਕਦੋਂ ਕੁ ਤੱਕ ਆ ਜਾਏਗੀ ਡਾਕ ਤਾਂ ਅੱਜ ਵੀ ਖੱਚਰਾਂ 'ਤੇ ਆ ਰਹੀ ਹੈ ਸ਼ਾਇਦ ਹਨੇਰਾ ਹੋ ਜਾਏ ਮੈਂ ਫੋਨ 'ਤੇ ਤੁਹਾਨੂੰ ਦੱਸਿਆ ਤਾਂ ਸੀ ਬਰਫ਼ ਨੇ ਤਾਂ ਸਾਰੇ ਰਾਹ ਰੋਕੇ ਹੋਏ ਨੇ
ਉਹ ਕੁਝ ਉਖੜਿਆ ਉਖੜਿਆ ਲੱਗ ਰਿਹਾ ਸੀ। ਉਹਦੀਆਂ ਅੱਖਾਂ ਬੁਝੀਆਂ ਹੋ ਸਨ। ਉਸ ਠੰਡਾ ਸਾਹ ਭਰ ਕੇ ਆਖਿਆ, ਇਹ ਰਾਹ ਵੀ ਉਦੋਂ ਹੀ ਰੁਕਦੇ ਨੇ ਜਦੋਂ ਇਹਨਾਂ ਦੀ ਲੋੜ ਹੁੰਦੀ ਹੈ। ਬੈਟਮੈਨ ਦੋਹਾਂ ਗਲਾਸਾਂ 'ਚ ਚਾਹ ਫੜਾ ਗਿਆ। ਚਾਹ ਦਾ ਘੁੱਟ ਭਰਦਿਆਂ ਉਸ ਕੁਰਸੀ ਖਿੱਚ ਕੇ ਬੁਖਾਰੀ ਦੇ ਕੁਝ ਹੋਰ ਨੇੜੇ ਕਰ ਲਈ ਅਤੇ ਉਦਾਸੀ 'ਚ ਡੁੱਬ ਕੇ ਜਿਵੇਂ ਖੁਦ ਨੂੰ ਦੱਸਿਆ, ਪਿਛਲੇ 6 ਦਿਨਾਂ ਤੋਂ ਉਹਦੀ ਕੋਈ ਚਿੱਠੀ ਨਹੀਂ ਆਈ। ਮੈਨੂੰ ਅਚਾਨਕ ਜਾਪਿਆ ਕਮਰਾ ਬੜਾ ਠੰਡਾ ਹੋ ਗਿਆ ਸੀ। ਮੈਂ ਅੱਗੇ ਝੁੱਕ ਕੇ ਬੁਖਾਰੀ ਕੁਝ ਤੇਜ਼ ਕਰ ਦਿੱਤੀ। ਮੈਂ ਵੀ ਬਰਫ਼ਾਂ 'ਚ ਉੱਗੇ ਰੁੱਖ ਵਰਗਾ ਹੀ ਹਾਂ ਜਿਹਦੀ ਛਾਂ ਕਿਸੇ ਨੂੰ ਨਹੀਂ ਚਾਹੀਦੀ, ਬਾਲਣ ਲਈ ਲੱਕੜੀ ਚਾਹੀਦੀ ਹੈ। ਮੈਂ ਵੀ ਸ਼ਾਇਦ ਉਹਨੂੰ ਜ਼ਿਆਦਾ ਗੁੱਸੇ 'ਚ ਲਿਖ ਦਿੱਤਾ ਹੋਵੇਗਾ। ਜੋ ਹੱਕ ਉਹਨੇ ਮੈਨੂੰ ਦਿੱਤਾ ਨਹੀਂ, ਉਹ ਖੁਦ ਲੈਣ ਦੀ ਕੀ ਲੋੜ ਸੀ ਪਹਿਲਾਂ। ਉਸ ਜਿਵੇਂ ਕਿਸੇ ਫੈਸਲੇ 'ਤੇ ਪਹੁੰਚ ਕੇ ਆਖਿਆ, ਮੇਰੇ ਵੱਲੋਂ ਇੱਕ ਤਾਰ ਭਿਜਵਾ ਦਿਓ। ਮੈਂ ਮੇਜ਼ ਤੋਂ ਚੁੱਕ ਕੇ ਇੱਕ ਤਾਰ ਫਾਰਮ ਫੜਾ ਦਿੱਤਾ। ਉਹ ਫਾਰਮ ਭਰ ਕੇ ਉਹ ਜਾਣ ਲਈ ਉੱਠ ਖੜੋਤਾ। ਤਾਰ ਜ਼ਰੂਰੀ ਹੈ, ਛੇਤੀ ਭਿਜਵਾ ਦਿਓ। ਜੇ ਹਿਨਾ ਵੱਲੋਂ ਚਿੱਠੀ ਆ ਜਾਏ ਤਾਂ ਸਾਂਭ ਕੇ ਰੱਖ ਲਿਓ। ਯੂਨਿਟ ਦੇ DR ਨੂੰ ਨਾ ਦਿਓ, ਮੈਂ ਕੱਲ੍ਹ ਨੂੰ ਖੁਦ ਹੀ ਤੁਹਾਤੋਂ ਆ ਕੇ ਲੈ ਜਾਵਾਂਗਾ। ਕੱਲ੍ਹ? ਹਾਂ, ਅੱਜ ਤਾਂ ਮੈਂ ਗਸ਼ਤ 'ਤੇ ਜਾ ਰਿਹਾ ਨਾ। ਇਸ ਮੌਸਮ 'ਚ ਸਾਡੇ ਲਈ ਇਹ ਮੌਸਮ ਬੜਾ ਵਧੀਆ ਹੈ। ਇਸ ਮੌਸਮ 'ਚ ਦੁਸ਼ਮਣ ਤੋਂ ਓਹਲਾ ਮਿਲਦਾ ਹੈ। ਅੱਛਾ ਸਾਹਿਬ, 2 ਕੁ ਘੰਟਿਆਂ ਤੱਕ ਗਸ਼ਤ ਪਾਰਟੀ ਨਿਕਲ ਜਾਣੀ ਹੈ। ਜਾ ਕੇ ਅਜੇ ਤਿਆਰੀ ਖੱਤ ਸਾਂਭ ਕੇ ਰੱਖ ਲਿਓ। ਸ਼ਾਇਦ ਮੇਰੇ ਗੁੱਸੇ ਨੂੰ ਮੇਰਾ ਹੱਕ ਸਮਝ ਕੇ ਹਿਨਾ ਖੱਤ ਪਾ ਹੀ ਦੇਵੇ। ਕੁੜੀਆਂ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਦਿਲ 'ਤੇ ਲਾ ਲੈਂਦੀਆਂ ਨੇ। ਦਰਵਾਜ਼ੇ ਤੋਂ ਬਾਹਰ ਪੈਰ ਰੱਖਣ ਲੱਗਾ ਉਹ ਰੁਕ ਗਿਆ ਅਤੇ ਪਿੱਛੇ ਧੌਣ ਮੋੜਦਿਆਂ ਮੁਸਕਰਾਇਆ, ਐਂਡ ਥੈਂਕਸ ਫੋਰ ਹੌਟ ਟੀ। ਵਰਦੀ ਬਰਫ਼ ਨੇ ਨਜ਼ਰਾਂ ਸਾਵੇਂ ਕੁਝ ਹੋਰ ਗੂੜੀ ਚਾਦਰ ਤਾਣ ਦਿੱਤੀ ਸੀ। ਖਿੜਕੀ ਦਾ ਕੰਬਲ ਪਾਸੇ ਕਰਕੇ ਮੈਂ ਇਸ ਚਾਦਰ ਓਲੇ ਗੁੰਮ ਹੋਣ ਤੱਕ ਉਹਨੂੰ ਵੇਖਦਾ ਰਿਹਾ। ਮੈਂ ਹੱਥ 'ਚ ਫੜੇ ਤਾਰ ਫਾਰਮ 'ਤੇ ਨਜ਼ਰ ਸੁੱਟੀ, ਲਿਖਿਆ ਸੀ, ਹਿਨਾ ਆਈ ਲਵ ਯੂ। ਰਾਤੀ ਬਰਫ਼ ਮਿੱਧ ਦੇ ਖੱਚਰਾਂ 'ਤੇ ਜਿਹੜੀ ਡਾਕ ਆਈ, ਉਸ 'ਚ 2 ਚਿੱਠੀਆਂ ਕੈਪਟਨ ਸੁਰੇਸ਼ ਲਈ ਸਨ। ਡਾਕ ਵੰਡਣ ਦਾ ਕੰਮ ਨਿਪਟਾ ਕੇ ਮੈਂ ਆਪਣੇ ਕਮਰੇ 'ਚ ਆ ਗਿਆ। ਯੂਨਿਟਾਂ ਦੇ DR ਜਾਣ ਪਿੱਛੋਂ ਫੀਲਡ ਪੋਸਟ ਆਫਿਸ ਇਕੱਲ ਦੇ ਜਾਲ 'ਚ ਬੜਾ ਚੁੱਪ ਹੋ ਗਿਆ ਸੀ। ਕੁਛ ਦੇਰ ਪਿੱਛੋਂ ਦਫ਼ਤਰ ਵਾਲੇ ਕਮਰੇ 'ਚੋਂ ਬੁਖਾਰੀ ਦੀ ਸੁਰਸੁਰਾਉਣੀ ਵੀ ਬੰਦ ਹੋ ਗਈ। ਸ਼ਾਇਦ ਡਿਊਟੀ ਵਾਲਾ ਜਵਾਨ ਸੌਂ ਗਿਆ ਸੀ। ਬਾਹਰ ਬਰਫ਼ ਦਾ ਤੂਫਾਨ ਖੌਰੂ ਪਾ ਰਿਹਾ ਸੀ। ਵਗਦੀ ਹਵਾ 'ਚ ਭਟਕਦੀਆਂ ਰੂਹਾਂ ਦੇ ਵੈਣ ਸਨ। ਮੇਰੇ ਕਮਰੇ 'ਚ ਕੱਲ੍ਹ ਦਾ ਦਿਓ ਆਦਮ ਬੋ ਕਰਦਾ ਘੁੰਮ ਰਿਹਾ ਸੀ। ਮੈਂ ਸਲੀਪਿੰਗ ਬੈਗ 'ਚ ਸਿਰ ਲੁਕਾਈ ਅੰਦਰ ਦੇ ਹਨੇਰੇ ਵੱਲ ਝਾਕ ਰਿਹਾ ਸਾਂ। ਰਾਤ ਬੜੀ ਬੇਚੈਨ ਸੀ। ਅੰਦਰ ਬਾਹਰ ਦਾ ਵਾਤਾਵਰਨ ਅਚਨਚੇਤੀ ਬੜਾ ਸ਼ਾਂਤ ਹੋ ਗਿਆ। ਬਾਰ ਬਾਰ ਬੁਝਦੀ ਬੁਖਾਰੀ ਵੀ ਠੀਕ ਤਰ੍ਹਾਂ ਬਲਣ ਲੱਗ ਪਈ। ਮੈਂ ਖਿੜਕੀ ਦਾ ਕੰਬਲ ਚੁੱਕ ਕੇ ਵੇਖਿਆ, ਤੂਫਾਨ ਨੂੰ ਠੱਲ ਪੈ ਗਈ ਸੀ। ਬੱਦਲ ਨਿੱਤਰ ਗਏ ਸਨ। ਪੂਰਬ ਵੰਨੀਓ ਇੱਕ ਤਾਰਾ ਟੁੱਟ ਕੇ ਅਸਮਾਨ ਚੀਰ ਗਿਆ। ਕਿਤੇ ਦੂਰ ਬਰਫ਼ ਦੇ ਭਾਰ ਨਾਲ ਕਰੜ ਕਰੜ ਕਰਦੇ ਰੁੱਖ ਦਾ ਟਾਣ ਟੁੱਟਣ ਦੀ ਆਵਾਜ਼ ਆਈ ਅਤੇ ਫਿਰ ਛੜਪ ਛੜਪ ਕਰਕੇ ਬਰਫ਼ ਚੜ੍ਹਨ ਦੀ। ਕਿਸੇ ਯੂਨਿਟ ਦੀ ਕੁਆਟਰ ਗਾਰਦ ਦੇ ਘੰਟੇ ਨੇ 12 ਖੜਕਾਏ। ਮੈਂ ਤ੍ਰਭ ਕੇ ਕੰਬਲ ਛੱਡ ਦਿੱਤਾ। ਅਚਾਨਕ ਜਾਪਿਆ ਮੈਂ ਇਕੱਲਾ ਨਹੀਂ ਸੀ ਜਾਗ ਰਿਹਾ, ਪੂਰੀ ਰਾਤ ਜਾਗਦੀ ਸੀ। ਕੈਪਟਨ ਸੁਰੇਸ਼ ਵੀ ਸ਼ਾਇਦ ਗਸ਼ਤ ਤੋਂ ਵਾਪਸ ਆ ਰਿਹਾ ਹੋਵੇਗਾ। ਸੋਚਿਆ ਚਿੱਠੀਆਂ ਬਾਰੇ ਉਹਦੀ ਪਲਟਨ ਅਤੇ ਡਿਊਟੀ ਕਲਰਕ ਨੂੰ ਕਹਿ ਦਿਆਂ ਤਾਂ ਕਿ ਸਵੇਰੇ ਉੱਠਦਿਆਂ ਉਹਨੂੰ ਪਹਿਲੀ ਖਬਰ ਵਧੀਆ ਮਿਲੇ। ਪਰ ਉਹ ਤੋਂ ਵੀ ਪਹਿਲਾਂ ਇੱਕ ਖਬਰ ਮੈਨੂੰ ਉਡੀਕਦੀ ਸੀ। ਫੋਨ ਕਰਨ ਲਈ ਰਿਸੀਵਰ ਚੁੱਕਿਆ ਤਾਂ ਸੁਰਾਗ ਐਕਸਚੇਂਜ ਵਾਲੇ ਤੋਂ ਮਿਲ ਗਿਆ ਅਤੇ ਵੇਰਵਾ ਅਗਲੇ ਤੜਕੇ ਤੋਂ। ਕੈਪਟਨ ਸੁਰੇਸ਼ ਦੀ ਗਸ਼ਤ ਪਾਰਟੀ ਸ਼ਹਿ ਲਾ ਕੇ ਬੈਠੇ ਦੁਸ਼ਮਣ ਦੀ ਘਾਤ ਵਿੱਚ ਫਸ ਗਈ ਸੀ। ਛਾਨਣੀ ਹੋ ਗਏ ਸਨ ਸੁਪਨਿਆਂ ਵਾਲੇ ਬਦਨ। ਉਹਨਾਂ ਦੀਆਂ ਲਾਸ਼ਾਂ ਵੀ ਬੜੀ ਜ਼ੋਖਮ ਨਾਲ ਵਾਪਸ ਲਿਆਂਦੀਆਂ ਜਾ ਸਕੀਆਂ ਸੀ। ਲਹੂ ਨਹਾਤੇ ਸੁਪਨਿਆਂ ਦੀ ਅਰਧ ਜਾਗਦੀ ਨੀਂਦ ਵਿੱਚ ਲਹੂ ਨਹਾਤੀ ਰਾਤ ਬੀਤ ਗਈ। ਧੁੰਦ ਲਿਪਟੀ। ਸਰਗੀ ਨੇ ਉਣੀਂਦੇ ਮਾਰੇ ਦੀ ਸੁੱਤੀ ਹੋਈ ਸੋਚ ਨੂੰ ਪੁੱਛਿਆ, ਹੁਣ ਹਿਨਾ ਦੇ ਖੱਤਾਂ ਦਾ ਕੀ ਹੋਵੇਗਾ? ਮੈਂ ਫੀਲਡ ਪੋਸਟ ਆਫਿਸ ਦੇ ਬੂਹੇ ਅੱਗੇ ਆ ਕੇ ਖਲੋ ਗਿਆ।
ਮੇਰੀਆਂ ਨਜ਼ਰਾਂ ਸਾਹਮਣੇ ਸਾਰਾ ਕੁਝ ਚਿੱਟਾ ਚਿੱਟਾ ਸੀ। ਪਸਰੀ ਹੋਈ ਧੁੰਦ, ਨਜ਼ਰਾਂ ਦੀ ਮਾਰ ਤੱਕ ਬਰਫ਼ ਦਾ ਫੈਲਾਅ ਅਤੇ ਚਾਦਰਾਂ 'ਚ ਲਿਪਟੀਆਂ ਲਾਸ਼ਾਂ। ਟਰੱਕ ਤਕਰੀਬਨ ਪੋਸਟ ਆਫਿਸ ਦੇ ਸਾਹਮਣੇ ਸੜਕ 'ਤੇ ਰੁਕ ਗਏ। ਆਪਣੇ ਯੋਧਿਆਂ ਨੂੰ ਅਲਵਿਦਾ ਆਖਣ ਆਈ ਪਲਟਨ ਦੇ ਇਕੱਲੇ ਇਕੱਲੇ ਅਫਸਰ JCO ਅਤੇ ਜਵਾਨ ਦੇ ਨੇ ਅੱਗੇ ਹੋ ਕੇ ਲਾਸ਼ਾਂ ਨੂੰ ਫੌਜੀ ਸਲੂਟ ਦਿੱਤਾ। ਕੁਝ ਜਵਾਨਾਂ ਨੇ ਫੀਲਡ ਹਸਪਤਾਲ ਦੇ ਪੋਸਟ ਮਾਸਟਰ ਤੱਕ ਦੇ ਸਫ਼ਰ ਲਈ ਆਪਣੇ ਸਾਥੀਆਂ ਦੀਆਂ ਲਾਸ਼ਾਂ ਠੀਕ ਤਰ੍ਹਾਂ ਕਰਕੇ ਟੇਲ ਬੋਰਡ ਬੰਦ ਕਰ ਦਿੱਤੇ। ਮੈਂ ਬਾਹਰ ਆਉਣ ਲੱਗਾ, ਚੇਤੇ ਉਹਦਾ ਖੱਤ ਫੜ ਲੈ ਆਇਆ ਸਾਂ। ਚਿੱਟੀ ਚਾਦਰ ਹੇਠੋਂ ਉੱਠ ਕੇ ਉਹ ਆਖਰੀ ਵਾਰ ਆਪਣੇ ਖੱਤ ਖੁਦ ਲੈ ਜਾਂਦਾ ਤਾਂ ਚੰਗਾ ਹੀ ਸੀ। ਮਰਨ ਵੇਲੇ ਉਹਦੇ ਸੁਪਨਿਆਂ ਦਾ ਬਦਨ ਤਾਂ ਨੀਲਾ ਨਾ ਹੁੰਦਾ। ਮੇਰੇ ਹੱਥ ਲਈ ਖੱਤਾਂ 'ਚ ਪਤਾ ਨਹੀਂ ਕਿਹੜੇ ਮੌਸਮ ਦਾ ਜ਼ਿਕਰ ਸੀ। ਮੈਂ ਪੱਤਝੜ ਦੇ ਰੁੱਖ ਵਾਂਗ ਬੜਾ ਸ਼ਾਂਤ ਖੜ੍ਹਾ ਸਾਂ। ਮੇਰੇ ਅੰਦਰੋਂ ਆਉਂਦੀ ਆਵਾਜ਼ ਸ਼ਾਇਦ ਪੈਰਾਂ 'ਚ ਵੇਖੇ ਸੁੱਕੇ ਪੱਤਿਆਂ ਦੀ ਨਹੀਂ ਸੀ। ਮੈਂ ਦੂਰ ਖੜ੍ਹਾ ਦਰਸ਼ਕ ਭੋਗੀ ਹੋ ਗਿਆ ਸਾਂ। ਟੁੱਟੇ ਤਾਰਿਆਂ ਦਾ ਸਿਵਾ ਮੇਰੀ ਹਿੱਕ ਅੰਦਰ ਬਲਣ ਲੱਗ ਪਿਆ ਸੀ। ਟਰੱਕ ਤੁਰ ਪਏ। ਮੈਂ ਜਾ ਰਹੇ ਸਿਪਾਹੀਆਂ ਨੂੰ ਤਣ ਕੇ ਫੌਜੀ ਸਲਾਮ ਦਿੱਤਾ। ਮੇਰੇ ਖੱਬੇ ਹੱਥ ਵਿੱਚ ਫੜੇ ਖੱਤ ਕੰਬ ਰਹੇ ਸਨ। ਉਹਨਾਂ ਪਤਾ ਨਹੀਂ ਕਿਹੜਾ ਬਘਿਆੜ ਵੇਖ ਲਿਆ ਸੀ। ਪੂਰੀ ਗੋਰਖਾ ਪਲਟਣ ਦੀਆਂ ਅੱਖਾਂ 'ਚ ਖੂਨ ਉਤਰਿਆ ਹੋਇਆ ਸੀ। ਮੈਨੂੰ ਅਗਲੇ ਦਿਨ ਹੀ ਆਉਣ ਵਾਲੀਆਂ ਉਹਨਾਂ ਚਿੱਠੀਆਂ ਦਾ ਫਿਕਰ ਲੱਗ ਗਿਆ ਜੋ ਹੁਣ ਬੰਦ ਪਈਆਂ ਰਿਹਾ ਕਰਨਗੀਆਂ, ਅਤੇ ਮੈਂ ਜੀ ਭਿਆਣਾ ਜਿਹਾ ਧੁੰਦ 'ਚ ਗੁੰਮ ਹੋ ਰਹੇ ਟਰੱਕਾਂ ਵੱਲ ਵੇਖਦਾ ਰਿਹਾ। ਧੰਨਵਾਦ।